ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਪਾਵਨ ਅਸਥਾਨ ਤੋਂ ਪੰਜਾਬ ਨੂੰ ਜਾਣ ਲੱਗੇ, ਨਗਰ ਨਿਵਾਸੀ ਸੰਗਤਾਂ ਨੂੰ ਪਤਾ ਲੱਗਿਆ, ਬੇਨਤੀ ਕੀਤੀ। ਸਤਿਗੁਰੂ ਮਹਾਰਾਜ, ਸਾਡਾ ਨਿਯਮ ਬਣ ਚੁੱਕਿਆ ਹੈ, ਆਪ ਜੀ ਦਾ ਦਰਸ਼ਨ ਕਰਕੇ ਹੀ ਅੰਨ ਜਲ ਸਕਦੇ ਹਾਂ। ਕਿਰਪਾ ਕਰੋ, ਸਦਾ ਸਾਨੂੰ ਇੱਥੇ ਹੀ ਦਰਸ਼ਨ ਦੀਦਾਰ ਬਖਸ਼ੋ। ਇਹ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਸੰਗਤਾਂ ਨੂੰ ਧੀਰਜ ਦਿੰਦਿਆਂ ਹੋਇਆਂ ਫੁਰਮਾਇਆ, ਬਾਲ ਅਵਸਥਾ ਵਿੱਚ ਅਸੀਂ ਪੰਗੂੜੇ ਸਾਹਿਬ ਤੇ ਬਿਰਾਜਮਾਨ ਰਹੇ ਹਾਂ, ਸਾਡੇ ਗਾਤਰੇ ਦੇ ਸਾਰੇ ਸ਼ਸਤਰ ਇੱਥੇ ਹਨ। ਇਸੇ ਤਰ੍ਹਾਂ ਜਦੋਂ ਸ਼ਰਧਾ ਭਾਵਨਾ ਦੇ ਨਾਲ ਆ ਕੇ ਸਾਡੇ ਗਾਤਰੇ ਦੇ ਸ਼ਸਤਰਾਂ ਦੇ ਦਰਸ਼ਨ ਕਰੋਗੇ, ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਤੁਹਾਨੂੰ ਪ੍ਰਾਪਤ ਹੋਏਗਾ। ਆਖੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਫੇਰ ਆਖੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਹਨ ਸਤਿਗੁਰੂ ਮਹਾਰਾਜ ਜੀ ਦੇ ਗਾਤਰੇ ਦੇ ਸਾਰੇ ਸ਼ਸਤਰ, ਆਓ ਆਪਾਂ ਦਰਸ਼ਨ ਕਰੀਏ। ਬੋਲੇ ਸੋਨੇਹਾ, ਇਹ ਹੈ ਸੈਫ ਜੋ ਸਤਿਗੁਰੂ ਮਹਾਰਾਜ ਜੀ ਗਾਤਰੇ ਧਾਰਨ ਕਰਿਆ ਕਰਦੇ ਸਨ। ਸਿੱਟ ਕਰਕੇ ਥੱਲੇ ਹੋ, ਪਿੱਛੇ ਸੰਗਤ ਦਿੱਕਤ ਹੋ ਰਹੀ ਹੈ। ਇਹ ਹਨ ਦੋ ਚੱਕਰ ਜੋ ਦਸਤਾਰ ਉੱਪਰ, ਦਮਾਲੇ ਉੱਪਰ ਸਜਾਇਆ ਕਰਦੇ ਸਨ। ਇਹ ਹੈ ਚੱਕਰੀ ਜੋ ਦਸਤਾਰ ਦੇ ਹੇਠਾਂ ਕੇਸਾਂ ਦੇ ਜੂੜੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਖੰਡਾ ਜੋ ਦਸਤਾਰ ਉੱਪਰ, ਦਮਾਲੇ ਉੱਪਰ ਸਾਹਮਣੇ ਸਜਾਇਆ ਕਰਦੇ ਸਨ। ਇਹ ਹੈ ਚੰਦਨ ਦਾ ਕੰਘਾ ਜਿਹਦੇ ਨਾਲ ਕੇਸ ਸਾਫ ਕਰਿਆ ਕਰਦੇ ਸਨ। ਇਹ ਹੈ ਖੰਜਰ, ਦੂਜਾ ਇਹਦਾ ਨਾਂ ਬਾਗ ਨਖੀ, ਸਤਿਗੁਰੂ ਜੀ ਕਮਰ ਕਸੇ ਸਜਾਇਆ ਕਰਦੇ ਸਨ। ਇਹ ਹੈ ਕਟਾਰ, ਸਤਿਗੁਰੂ ਜੀ ਕਮਰ ਕਸੇ ਸਜਾਇਆ ਕਰਦੇ ਸਨ। ਇਹ ਹੈ ਗੁਲੇਲਾ ਜਿਹਦੇ ਨਾਲ ਬਾਲਾ ਪ੍ਰੀਤਮ, ਬਾਲ ਸਤਿਗੁਰੂ ਜੀ ਬਾਲ ਅਵਸਥਾ ਵਿੱਚ ਚੋਜ ਕਰਦੇ ਸਨ। ਸਾਹਮਣੇ ਮਾਤਾ ਜੀ ਦਾ ਖੂਹ ਹੈ, ਨਗਰ ਨਿਵਾਸੀ ਬੀਬੀਆਂ ਜਲ ਭਰ ਕੇ ਵਾਪਸ ਚੱਲਦੀਆਂ, ਸਤਿਗੁਰੂ ਮਹਾਰਾਜ ਗੁਲੇਲੇ ਮਾਰ ਕੇ ਉਹਨਾਂ ਦੇ ਘੜੇ ਤੋੜ ਦਿੰਦੇ। ਜਦੋਂ ਲੋਹੇ ਪਿੱਤਲ ਦੇ ਘੜੇ ਆਉਣੇ ਸ਼ੁਰੂ ਹੋ ਗਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਲੋਹੇ ਦੇ ਤੀਰ ਬਣਾ ਲਏ। ਇਹ ਚਾਰ ਤੀਰ ਹਨ। ਇੱਕ ਬੀਬੀ ਜਲ ਦਾ ਘੜਾ ਲੈ ਕੇ ਜਾ ਰਹੀ ਸੀ, ਸਤਿਗੁਰੂ ਜੀ ਨੇ ਮਾਰਿਆ ਤੀਰ, ਘੜਾ ਟੁੱਟ ਗਿਆ। ਇਧਰੋਂ ਮਾਤਾ ਜੀ ਬਾਹਰ ਨਿਕਲੇ, ਕੋਲ ਗਏ, ਕਹਿਣ ਲੱਗੇ, ਲਾਲ ਜੀ ਉਹ ਰੋਂਦੀ ਹੈ, ਤੁਸੀਂ ਹੱਸਦੇ ਹੋ। ਗੁਰੂ ਜੀ ਕਹਿਣ ਲੱਗੇ, ਅਸੀਂ ਕੋਈ ਹਾਸੀ ਮਖੌਲ ਨਹੀਂ ਕਰ ਰਹੇ ਹਾਂ, ਇਹਦੇ ਘੜੇ ਵਿੱਚ ਜ਼ਹਿਰੀਲਾ ਸੱਪ ਸੀ, ਅਸਾਂ ਤੀਰ ਮਾਰ ਕੇ ਸੱਪ ਮਾਰਿਆ ਹੈ। ਜਦੋਂ ਵੇਖਿਆ ਸੱਪ ਦੀ ਸਿਰੀ ਤੀਰ ਦੀ ਮੁਖੀ ਨਾਲ ਵਿੰਨੀ ਹੋਈ, ਸੱਪ ਮਰਿਆ ਹੋਇਆ ਹੈ। ਵੇਖ ਕੇ ਸਾਰਿਆਂ ਦਾ ਸਿਰ ਸ਼ਰਧਾ ਦੇ ਨਾਲ ਝੁਕ ਗਿਆ।
माता जी ने वचन किया रोज दे अलांबे ठीक नहीं होवे ना खूह दा पानी ही खारा हो जाए। माता जी दे बचन होण दी देर सी खूह दा पानी बिल्कुल खारा हो गया। नगर निवासियां ने बेनती कीती ए तां चंगा नहीं होया इसे जल दे नाल सारे घर दे कारज सरदे सन। बचन कर दियो जल फिर मिठा हो जाए। माता जी ने कहा जो बचन होना सी हो गया तुसां बेनती कीती है असी बचन करदे हां अजे नहीं काफी समा पाके। जदों दूरों दूरों गुरु कीआं संगतां इस पावन अस्थान दे दर्शन दीदार करन वास्ते आउणगीआं ए जल फेर मिठा हो जाएगा। माता जी दे बचन 47 तो बाद पूरे हुए हुण जल बिल्कुल मिठा है। संगतां अमृत रूप जान के चुला लैंदियां हन। ए हन सतगुरु जी दे पावन चरण कमलां दियां खड़ाम आओ आपां दर्शन करिए। बोले सोनेहा एहन श्री गुरु तेग बहादुर साहिब जी महाराज जी दे पावन चरण कमलां दियां खड़ाव चंदन दियां बनियां हुईयां। बोले सोनेहा एहन श्री गुरु गोबिंद सिंह साहिब जी महाराज जी दे पावन चरण कमलां दियां खड़ाव हाथी दंद दियां बनियां हुईयां। ਇਹ ਹੈ ਭਗਤ ਕਬੀਰ ਦੀ ਅਸਲੀ ਖੱਡੀ। ਕਾਸ਼ੀ ਵਿੱਚ ਗੁਰਸਿੱਖ ਪਰਿਵਾਰ ਕੋਲ ਸੀ ਉਹਨਾਂ ਤਖ਼ਤ ਸਾਹਿਬ ਜੀ ਤੇ ਭੇਟ ਕਰ ਦਿੱਤੀ। ਭਗਤ ਕਬੀਰ ਦੀ ਯਾਦਗਾਰ ਬਣੀ ਰਹੇ ਸਤਿਗੁਰੂ ਮਹਾਰਾਜ ਜੀ ਦਾ ਚੋਲਾ ਸਾਹਿਬ ਜੋ 15 ਸਾਲ ਦੀ ਉਮਰ ਵਿੱਚ ਦਸ਼ਮੇਸ਼ ਪਿਤਾ ਜੀ ਪਹਿਨਦੇ ਸਨ। ਜਦੋਂ ਆਪ ਤਖਤ ਸਾਹਿਬ ਦੀਆਂ ਪਰਿਕਰਮਾ ਕਰੋਗੇ ਚੋਲਾ ਸਾਹਿਬ ਸ਼ੀਸ਼ੇ ਵਿੱਚ ਜੜਿਆ ਹੈ ਨਾਲ ਇਤਿਹਾਸ ਲਿਖਿਆ ਹੈ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਇਸ ਪਾਵਨ ਤਖਤ ਸਾਹਿਬ ਜੀ ਤੋਂ ਇਲਾਵਾ 5 ਗੁਰਦੁਆਰੇ ਹੋਰ ਹਨ। ਗੁਰਦੁਆਰਾ ਬੜੀ ਸੰਗਤ ਗਊ ਘਾਟ, ਦੂਜਾ ਗੁਰਦੁਆਰਾ ਗੋਬਿੰਦ ਘਾਟ, ਤੀਜਾ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ, ਚੌਥਾ ਗੁਰਦੁਆਰਾ ਗੁਰੂ ਕਾ ਬਾਗ, 5ਵਾਂ ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ ਵਿਖੇ। ਇਹ ਹਨ ਸਤਿਗੁਰੂ ਜੀ ਦੇ ਹੁਕਮਨਾਮੇ। ਇਹ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਆਪਣੇ ਹੱਥਾਂ ਦੇ ਨਾਲ ਅਸਾਮ ਤੋਂ ਦਸ਼ਮੇਸ਼ ਜੀ ਦੇ ਅਵਤਾਰ ਵਧਾਈ ਦੀ ਖੁਸ਼ੀ ਦਾ ਹੁਕਮਨਾਮਾ। ਗੁਰੂ ਸਤ ਸਰਬੱਤ ਸੰਗਤ ਪਟਨੇ ਕੀ ਜਿਨ ਸਿੱਖ ਵਾਹਿਗੁਰੂ ਕੀਆ ਹੈ ਤਿਸਕੇ ਮਨੋਰਥ ਪੂਰੇ ਹੋਵੇਗੇ। ਗੋਬਿੰਦ ਦਾਸ ਕੀ ਵਧਾਈ ਉਪਰ ਸੰਗਤ ਖਰਚ ਕੀਆ, ਗੁਰੂ ਕੀ ਦਰਗਾਹ ਥਾਈ ਪਿਆ, ਪਿੱਛੇ ਸੇਵਾ ਕੀਤੀ ਸਭ ਥਾਈ ਪਈ, आगे जो सेवा करेगा तिसका भला होग, संगत के रोजगार मो बरकत होग। भाई जी सरो पाओ भेजिया है, पटना गुरु का घर है, संगत का भला होग। ये है श्री गुरु गोबिंद सिंह साहिब जी महाराज जी का हुक्मनामा।
ਇਸੇ ਤਰ੍ਹਾਂ ਹੋਰ ਹੁਕਮਨਾਮੇ ਹਨ। ਜਨਮ ਭੂਮੀ ਪਟਨਾ ਹੈ ਮੇਰੀ, ਮਹਿਮਾ ਮਹਾਂਬਿਲੋਕਨ ਕੇਰੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਵਿਖੇ ਬਿਰਾਜਮਾਨ, ਗੁਰਸਿੱਖ ਸੰਗਤਾਂ ਖਾਲਸੇ ਨੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਗਏ। ਸਤਿਗੁਰੂ ਜੀ ਨੇ ਬਚਨ ਕੀਤਾ, ਅਸੀਂ ਵੀ ਭਾਵ ਨਹੀਂ ਰੱਖਦੇ ਹਾਂ, ਸਾਡਾ ਤਖਤ ਅਤੇ ਹਰੀ ਮੰਦਰ ਪਟਨਾ ਹੈ। ਆਦ ਤਖਤ ਪਟਨਾ ਪਰਮ ਅਭਿਮਤਦਾਇਕ ਦੁਆਰ, ਉੱਥੋਂ ਹੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨਾਮ ਹੋਇਆ। ਸਤਿਗੁਰੂ ਜੀ ਨੇ ਫਰਮਾਇਆ, ਸਾਡੀ ਜਨਮ ਭੂਮੀ ਪਟਨਾ ਹੈ, ਉੱਥੇ ਜਾ ਕੇ ਦਰਸ਼ਨ ਕਰਨ ਦੀ ਬਹੁਤ ਵੱਡੀ ਮਹਿਮਾ ਹੈ। ਜਨਮ ਸਥਾਨੀ ਦਰਸ਼ਨ ਕਰ ਹੈ, ਜਨਮ ਜਨਮ ਕੇ ਕਲਮਲ ਹਰ ਹੈ। ਜੋ ਸਾਡੇ ਜਨਮ ਸਥਾਨ ਦੇ ਜਾ ਕੇ ਦਰਸ਼ਨ ਕਰਨਗੇ, ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਪਾਪ ਦੋਸ਼ ਮਿਟਣਗੇ। ਸਤਿਗੁਰ ਕਹਿਓ ਜਨਮ ਸਥਾਨ, ਕਰੋ ਬੇਨਤੀ ਤਹਾਂ ਬਖਾਨ। ਸਤਿਗੁਰੂ ਜੀ ਨੇ ਕਹਿਆ, ਸਾਡੇ ਜਨਮ ਸਥਾਨ ਤੇ ਜਾ ਕੇ ਅਰਦਾਸਾਂ ਬੇਨਤੀਆਂ ਕਰੋ। ਸਗਲ ਮਨੋਰਥ ਮਨ ਕੋ ਪੂਰਾ, ਥਾਪਨ ਕੀਨੋ ਆਪਣ ਪੰਗੂਰਾ। ਤੁਹਾਡੇ ਮਨ ਦੇ ਸਾਰੇ ਮਨੋਰਥ ਪੂਰੇ ਹੋਣਗੇ। ਐਸੇ ਧਰਮ ਰੱਖਿਅਕ ਸਾਹਿਬ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ 352 ਪ੍ਰਕਾਸ਼ ਗੁਰਪੁਰਬ ਪੋਸ ਦੀ ਸੱਤਵੀਂ ਜੋ ਆਪਾਂ ਮਨਾਇਆ ਹੈ ਬੜੇ ਉਤਸ਼ਾਹ ਦੇ ਨਾਲ, ਜਿੱਥੇ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਸਾਰੇ ਉਪਰਾਲੇ ਕੀਤੇ ਗਏ, ਉੱਥੇ ਬਿਹਾਰ ਦੇ ਮੁੱਖ ਮੰਤਰੀ ਸੇਵਾ ਰਤਨ ਤੇ ਜਿਨ੍ਹਾਂ ਨੂੰ ਇਸ ਵਾਰ ਵਿਕਾਸ ਪੁਰਸ਼ ਦਾ ਸਨਮਾਨ ਤਖ਼ਤ ਸਾਹਿਬ ਤੋਂ ਦਿੱਤਾ ਗਿਆ, ਸ੍ਰੀ ਨਤੀਸ਼ ਕੁਮਾਰ ਜੀ, ਜੋ ਪ੍ਰਬੰਧ ਉਹਨਾਂ ਨੇ ਕੀਤੇ ਤੇ ਜਿਸ ਤਰ੍ਹਾਂ ਪੂਰੇ ਪਟਨੇ ਦੇ ਵਿੱਚ ਸਾਰੀਆਂ ਗਲੀਆਂ ਸਾਫ਼, ਦੂਰ ਤੱਕ ਸਾਰੇ ਪ੍ਰਬੰਧ ਤੇ ਪ੍ਰਸ਼ਾਸਨ ਦਾ ਇਤਨਾ ਵੱਡਾ ਸਹਿਯੋਗ, ਜਿੱਥੇ ਪ੍ਰਸ਼ਾਸਨ ਦਾ ਸਹਿਯੋਗ ਸੀ ਹਰ ਇੱਕ ਗੁਰਸਿੱਖ ਦੇ ਨਾਲ, ਉੱਥੇ ਬਿਹਾਰ ਦੇ ਲੋਕਾਂ ਨੇ ਵੀ ਬਹੁਤ ਵੱਡਾ ਪਿਆਰ ਤੇ ਸਹਿਯੋਗ ਦਾ ਪ੍ਰਗਟਾਵਾ ਕੀਤਾ। ਇਸ ਵਾਸਤੇ ਅਗਲੀ ਵਾਰ ਦਸ਼ਮੇਸ਼ ਪਿਤਾ ਜੀ ਦਾ ਪ੍ਰਕਾਸ਼ ਗੁਰਪੁਰਬ ਪੋਸ ਦੀ ਸੱਤਵੀਂ ਉਹ 2 ਜਨਵਰੀ ਨੂੰ ਆ ਰਿਹਾ ਹੈ, 2 ਜਨਵਰੀ 2020 ਤੇ 31 ਦਸੰਬਰ 2019 31 ਦਸੰਬਰ ਦੀ ਰਾਤ ਨੂੰ ਕਵੀ ਦਰਬਾਰ ਹੋਏਗਾ ਤੇ 1 ਜਨਵਰੀ 2020 ਨੂੰ ਨਗਰ ਕੀਰਤਨ ਹੋਏਗਾ ਤੇ ਪੋਸ ਦੀ ਸੱਤਵੀਂ ਹੈ 2 ਜਨਵਰੀ 2020 ਨੂੰ। ਬਹੁਤ ਚੜ੍ਹਦੀ ਕਲਾ ਦੇ ਸਹਿਤ ਮਨਾਉਣ ਵਾਸਤੇ ਹੁਣੇ ਤੋਂ ਤਿਆਰੀਆਂ ਪ੍ਰਬੰਧਕ ਕਮੇਟੀ ਨੇ ਵੀ ਕਰ ਲਈਆਂ ਹਨ, ਕਿਉਂਕਿ ਉਸ ਸਮੇਂ ਸਕੂਲਾਂ ਵਿੱਚ ਛੁੱਟੀਆਂ ਵੀ ਹੁੰਦੀਆਂ ਹਨ ਤੇ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਹਾਜ਼ਰੀਆਂ ਭਰਨ, ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਇਹ ਅਸੀਂ ਸੰਗਤਾਂ ਤੋਂ ਆਸ ਰੱਖਦੇ ਹਾਂ। ਜਿਨ੍ਹਾਂ ਦਾ ਪਿਆਰ ਹੈ ਦਸ਼ਮੇਸ਼ ਪਿਤਾ ਦੇ ਨਾਲ, ਉਹਨਾਂ ਨੇ ਆ ਕੇ ਹਾਜ਼ਰੀਆਂ ਭਰਨੀਆਂ ਹਨ ਤੇ ਨਾਲ ਝੋਲੀਆਂ ਵੀ ਭਰ ਕੇ ਜਾਣੀਆਂ ਹਨ, ਕਿਉਂਕਿ ਖੁਸ਼ੀਆਂ ਦਾ ਸੁਭਾਗ ਸਮਾਂ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਜੋ 353 ਗੁਰਪੁਰਬ ਹੁਣ ਆਏਗਾ ਪੋਸ ਦੀ ਸੱਤਵੀਂ 2 ਜਨਵਰੀ ਨੂੰ, ਸੋ ਉਦੋਂ ਵੀ ਆਪਾਂ ਹਾਜ਼ਰੀਆਂ ਭਰਨੀਆਂ। ਇਸ ਵਾਰ ਤਖ਼ਤ ਸਾਹਿਬ ਜੀ ਦਾ ਜੋ ਵੱਡਾ ਮੁੱਖ ਲੰਗਰ ਸੀ ਉਹ ਪਿਛਲੇ ਸਾਲਾਂ ਦੀ ਤਰ੍ਹਾਂ, ਪਿਛਲੇ 45 ਸਾਲਾਂ ਤੋਂ ਲਗਾਤਾਰ
ਤੇ ਇਸ ਸਾਲ ਵੀ ਤੇ ਸ਼ੁਕਰਾਨੇ ਸਮਾਗਮ ਦੇ ਵਿੱਚ ਵੀ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲੇ ਸੁਲਤਾਨਪੁਰ ਵਾਲੇ ਉਹਨਾਂ ਦੇ ਅਸਥਾਨ ਤੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਬਾਬਾ ਗੁਰਚਰਨ ਸਿੰਘ ਜੀ ਜਿਨ੍ਹਾਂ ਨੂੰ ਸੇਵਾ ਸ਼੍ਰੋਮਣੀ ਸੇਵਾ ਰਤਨ ਦਾ ਸਨਮਾਨ ਤਖ਼ਤ ਸਾਹਿਬ ਜੀ ਤੋਂ ਬਖਸ਼ਿਸ਼ ਹੋਈ ਹੈ, ਉਹਨਾਂ ਵੱਲੋਂ ਬਹੁਤ ਚੜ੍ਹਦੀ ਕਲਾ ਦੇ ਨਾਲ ਤਖ਼ਤ ਸਾਹਿਬ ਦਾ ਪਹਿਲਾ ਵੱਡਾ ਲੰਗਰ ਜੋ ਹੈ ਉਹ ਚੱਲਿਆ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਲੰਗਰ ਛਕਦੀਆਂ ਰਹੀਆਂ ਤੇ ਬਹੁਤ ਜ਼ਿਆਦਾ ਜੋ ਲੰਗਰ ਤੇ ਜ਼ੋਰ ਸੀ, 1 ਲੱਖ ਤੋਂ ਵੱਧ ਸੰਗਤ ਰੋਜ਼ ਲੰਗਰ ਜਿੱਥੇ ਛਕਦੀ ਸੀ ਉਹ ਸੀ ਗੁਰਦੁਆਰਾ ਗੋਬਿੰਦ ਘਾਟ, ਕੰਗਨ ਘਾਟ ਗੰਗਾ ਦੇ ਕਿਨਾਰੇ ਜਿੱਥੇ ਟੈਂਟ ਸਿਟੀ ਬਣੀ, ਉੱਥੇ ਪਹਿਲਾ ਵੱਡਾ ਲੰਗਰ ਜੋ ਬਹੁਤ ਵੱਡਾ ਪ੍ਰਬੰਧ ਸੀ ਉਹ ਸੰਤ ਸ਼੍ਰੋਮਣੀ ਸੇਵਾ ਰਤਨ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਧਰਮਸ਼ਾਲਾ ਗਊਸ਼ਾਲਾ ਨਹਿਰ ਵਾਲੀ, ਸੋ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬਦਨੀ ਕਲਾਂ ਉਹਨਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਲੰਗਰ ਚਲਾਇਆ ਗਿਆ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਵੀ ਅਗਲੇ ਸਾਲ ਵੀ ਅਸੀਂ ਹੋਰ ਵਧੇਰੇ ਵੱਡੇ ਪ੍ਰਬੰਧਾਂ ਦੇ ਨਾਲ ਲੰਗਰ ਦੀ ਸੇਵਾ ਨਿਭਾਵਾਂਗੇ। ਉਹਨਾਂ ਮਹਾਂਪੁਰਖਾਂ ਨੇ ਐਸਾ ਵਚਨ ਕੀਤਾ ਹੈ। ਸੋ ਦੂਸਰਾ ਲੰਗਰ, ਵੱਡਾ ਲੰਗਰ ਚਲਾਉਣ ਵਾਸਤੇ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਤੇ ਨਾਲ ਸੰਤ ਭਾਈ ਗੁਰਵਿੰਦਰ ਸਿੰਘ ਜੀ ਜੋ ਨਵੇਂ ਸ਼ਹਿਰ ਦੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਭਾਈ ਗੁਰਵਿੰਦਰ ਸਿੰਘ ਪਿੰਡ ਫਰਾਲਾ ਜ਼ਿਲ੍ਹਾ ਨਵਾਂ ਸ਼ਹਿਰ ਆਪਣੇ ਨਾਲ 32 ਸਿੰਘ ਲੈ ਕੇ ਟੈਂਟ ਸਿਟੀ ਲੰਗਰ ਹਾਲ ਜੋ ਦੂਸਰਾ ਬਣਿਆ ਸੀ ਉੱਥੇ ਲੰਗਰ ਦੀ ਸੇਵਾ ਚਲਾਈ, ਪਰ ਸੰਗਤਾਂ ਦਾ ਇਕੱਠ ਹੀ ਇੰਨਾ ਸੀ ਜਿੰਨਾ ਕੋਈ ਰਾਸ਼ਨ ਲੈ ਕੇ ਆਇਆ ਸਨ ਉਹ ਬੜੀ ਛੇਤੀ ਹੀ ਫਤਿਹ ਹੋ ਗਿਆ। ਫਿਰ ਮਹਾਂਪੁਰਖ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਕਹਿਣ ਲੱਗੇ ਵੀ ਰਾਸ਼ਨ ਸਾਥੋਂ ਲਈ ਚੱਲੋ ਜਿੰਨਾ ਮਰਜ਼ੀ ਤੇ ਬਣਾਈ ਚੱਲੋ ਤੇ ਛਕਾਈ ਚੱਲੋ। ਸੋ ਦੋਹਾਂ ਲੰਗਰਾਂ ਵਿੱਚ ਵੱਡੇ ਪੱਧਰ ਤੇ ਜੋ ਰਾਸ਼ਨ ਦੀ ਜਾਂ ਹੋਰ ਸੇਵਾਵਾਂ ਸਨ ਉਹਨਾਂ ਵੱਲੋਂ ਇਹਨਾਂ 32 ਸਿੰਘਾਂ ਨੇ ਦਿਨ ਰਾਤ ਲੰਗਰ ਦੀ ਸੇਵਾ ਨਿਭਾਈ 1 ਰਸ ਲਗਾਤਾਰ। ਤੇ ਜਦੋਂ ਪਤਾ ਲੱਗਿਆ ਵੀ ਵਰਤਾਉਣ ਵਾਲਿਆਂ ਦੀ ਘਾਟ ਹੈ, ਫਿਰ ਸਾਡੇ ਮਹਾਂਪੁਰਖ ਸੰਤ ਬਾਬਾ ਗੁਰਚਰਨ ਸਿੰਘ ਜੀ ਜਿਨ੍ਹਾਂ ਦਾ ਤਖ਼ਤ ਸਾਹਿਬ ਲੰਗਰ ਚੱਲਦਾ ਸੀ, ਕਰੀਬਨ 100 ਸਿੰਘ ਉਹਨਾਂ ਨੇ ਭੇਜਤੇ ਵੀ ਜਾਓ ਤੁਸੀਂ ਇਹਨਾਂ ਦੇ ਨਾਲ ਲੰਗਰ ਵਰਤਾਉਣ ਦਾ ਸਹਿਯੋਗ ਕਰੋ, ਸੇਵਾ ਨਿਭਾਓ। ਇਸ ਤਰੀਕੇ ਦੇ ਨਾਲ ਸਾਰੇ ਜੋ ਸਮਾਗਮ ਹਨ ਬਹੁਤ ਚੜ੍ਹਦੀ ਕਲਾ ਦੇ ਸਹਿਤ ਸੰਪੂਰਨ ਹੋਏ ਹਨ, ਜਿਹਦੇ ਵਿੱਚ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਸੀਨੀਅਰ ਮੀਤ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਜੀ ਲਖਨਊ, ਮੀਤ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ, ਜਨਰਲ ਸਕੱਤਰ ਸਰਦਾਰ ਮਹਿੰਦਰਪਾਲ ਸਿੰਘ ਜੀ ਢਿੱਲੋਂ, ਸਕੱਤਰ ਸਰਦਾਰ ਮਹਿੰਦਰ ਸਿੰਘ ਛਾਬੜਾ ਤੇ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਜੋ ਬਹੁਤ ਚੜ੍ਹਦੀ ਕਲਾ ਦੇ ਵਿੱਚ ਕਾਫੀ ਸਾਰੀਆਂ ਆਪਣੀਆਂ ਸੰਗਤਾਂ ਦੇ ਨਾਲ ਪਹੁੰਚੇ ਹੋਏ, ਸਾਰੀਆਂ ਸੇਵਾਵਾਂ ਹਰ ਪਾਸੇ ਉਹਨਾਂ ਨੇ ਪੂਰੀ ਨਿਗਰਾਨੀ ਰੱਖੀ, ਸਰਦਾਰ ਹਰਪਾਲ ਸਿੰਘ ਜੀ ਜੌਹਲ, ਸੋ ਸਰਦਾਰ ਕਮਿਕਰ ਸਿੰਘ ਜੀ ਮੈਂਬਰ ਕਲਕੱਤੇ ਤੋਂ ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ, ਸੋ ਸਾਰੇ ਮੈਂਬਰਾਂ ਨੇ, ਸਰਦਾਰ ਤ੍ਰਿਲੋਚਨ ਸਿੰਘ ਜੀ ਚਟਕੋਰਾ, ਸਰਦਾਰ ਜਗਜੋਤ ਸਿੰਘ ਜੀ ਸੋਹੀ, ਸਾਰੇ ਮੈਂਬਰਾਂ ਨੇ, ਸਰਦਾਰ ਹਰਬੰਸ ਸਿੰਘ ਜੀ ਨਯਾ ਟੋਲਾ, ਸੋ ਸਾਰਿਆਂ ਨੇ ਪੂਰਾ ਸਹਿਯੋਗ ਦੇ ਕਰਕੇ ਚੜ੍ਹਦੀ ਕਲਾ ਦੇ ਸਹਿਤ ਸਾਰੇ ਸਮਾਗਮ ਬੜੀ ਸੁੱਖ ਸ਼ਾਂਤੀ ਦੇ ਨਾਲ
ਸਾਰੀਆਂ ਸੰਗਤਾਂ ਨੇ ਬੜਾ ਆਨੰਦ ਮਾਣਿਆ, ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤੇ ਬਹੁਤ ਸਾਰੀ ਸੰਗਤ ਜਦੋਂ ਦਾਸ ਨੂੰ ਮਿਲਦੀ ਸੀ, ਕਹਿੰਦੇ ਸਨ ਸਿੰਘ ਸਾਹਿਬ ਸਾਨੂੰ ਇੱਕ ਵੱਖਰੀ ਇੱਥੇ ਆ ਕੇ ਖੁਸ਼ੀ ਮਿਲੀ ਹੈ, ਸਭ ਚੇਤਾ ਹੀ ਭੁੱਲ ਗਿਆ ਕੰਮਾਂ ਕਾਰਾਂ ਦਾ, ਕਾਰੋਬਾਰ ਦਾ, ਇੱਥੇ ਤੇ ਇੱਕ ਵੱਖਰਾ ਹੀ ਆਨੰਦ ਹੈ। ਸੁਦਾਸ ਨੇ ਬੇਨਤੀ ਕੀਤੀ, ਇਹ ਤਾਂ ਸਾਡੇ ਪਿਤਾ ਦਸ਼ਮੇਸ਼ ਪਿਤਾ ਸਾਹਿਬ ਕਮਾਲ ਦਾ ਕਮਾਲ ਹੈ, ਇਹ ਸਾਰਾ ਉਹਨਾਂ ਦਾ ਕਮਾਲ ਹੈ, ਆਪ ਵਰਤਦੇ ਹਨ, ਆਪ ਹਾਜ਼ਰ ਨਾਜ਼ਰ ਹੋ ਕੇ ਸਾਰਾ ਕੁਝ ਆਪ ਹੀ ਉਹ ਕਰਨ ਕਰਾਵਨ ਹਾਰ ਹਨ ਦਸ਼ਮੇਸ਼ ਪਿਤਾ ਜੀ। ਸੋ ਹੁਣ ਜੋ ਪ੍ਰਬੰਧਕਾਂ ਵੱਲੋਂ ਦਾਸ ਵੱਲੋਂ ਭਾਈ ਗੁਰਵਿੰਦਰ ਸਿੰਘ ਗੁਰਮਿੰਦਰ ਸਿੰਘ ਜੀ ਨੂੰ ਪਹਿਲਾਂ ਸਿਰੋਪਾਓ ਦਿੱਤਾ ਜਾਏਗਾ, ਤੇ ਬਾਕੀ ਇਹਨਾਂ ਨਾਲ ਜੋ 32 ਸਿੰਘ ਹੋਰ ਹਨ ਸੰਗਤ ਦੇ ਟੈਂਟ ਸਿਟੀ ਵਿੱਚ ਅਤੇ ਰਜਿਸਟ੍ਰੇਸ਼ਨ ਦਫ਼ਤਰ ਵਿੱਚ ਦਿਨ ਰਾਤ ਜਿਨ੍ਹਾਂ ਨੌਜਵਾਨ ਬੱਚਿਆਂ ਨੇ ਸੇਵਾ ਨਿਭਾਈ ਇੱਕ ਰਸ ਦਿਨ ਰਾਤ, ਵਾਹਿਗੁਰੂ ਪਾਲ ਸਿੰਘ, ਕਰਨ ਜੁਨੇਜਾ, ਦੀਪਕ ਸਿੰਘ ਸੋਢੀ, ਦਵਿੰਦਰ ਸਿੰਘ, ਗੁਰਮੀਤ ਸਿੰਘ, ਰਮਨਦੀਪ ਸਿੰਘ, ਗੁਲਰੀਤ ਕੌਰ, ਹਰਪ੍ਰੀਤ ਕੌਰ, ਸੁਮਿਤ ਕਲਸੀ, ਇਹਨਾਂ ਦੀਆਂ ਵੀ ਬਹੁਤ ਵੱਡੀਆਂ ਦਿਨ ਰਾਤ ਦੀਆਂ ਸੇਵਾਵਾਂ ਸਨ। ਸੋ ਆਓ ਹੁਣ ਪਹਿਲਾਂ ਭਾਈ ਗੁਰਵਿੰਦਰ ਸਿੰਘ ਜੀ, ਉਹ ਆਪਣਾ ਆ ਕੇ ਸਨਮਾਨ ਪ੍ਰਾਪਤ ਕਰਨ ਸਟੇਜ 'ਤੇ ਆ ਜਾਣ। ਇੱਥੇ ਗਏ ਗੁਰਵਿੰਦਰ ਸਿੰਘ ਕੀ ਹਾਲ ਆ ਤੁਹਾਨੂੰ? ਵਾਹਿਗੁਰੂ ਪਾਲ ਸਿੰਘ, ਕਰਨ ਜੁਨੇਜਾ, ਦੀਪਕ ਸਿੰਘ ਸੋਢੀ, ਦਵਿੰਦਰ ਸਿੰਘ ਸਟੇਜ 'ਤੇ ਆ ਜਾਣ, ਗੁਰਮੀਤ ਸਿੰਘ, ਰਮਨਦੀਪ ਸਿੰਘ, ਗੁਲਰੀਤ ਕੌਰ, ਹਰਪ੍ਰੀਤ ਕੌਰ, ਸੁਮਿਤ ਕਲਸੀ, ਇਸ ਸਟੇਜ 'ਤੇ ਆ ਕੇ ਸਰੂਪਾ ਪ੍ਰਾਪਤ ਕਰਨ। ਬੋਲੇ ਸੋਨ ਢਿੱਲੋਂ ਸਭ ਕੁਝ ਦਿੱਤੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।